ਕੀ ਏ ਕੀ ਏ ਪੀਣਾ ਪਾਣੀ ਹੱਲ ਪੀ ਪੀ ਲੈ ਪੀ ਲੈ ਵੇਖ ਕੇ ਪੀਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵੈਲਕਮ ਬੈਕ ਟੂ ਅਨਦਰ ਵੀਡੀਓ। ਉਮੀਦ ਹੈ ਸਭ ਠੀਕ ਠਾਕ ਹੋਣਗੇ। ਕੁਝ ਦੋਸਤੋਂ ਕੋ ਸ਼ਿਕਾਇਤ ਥੀ ਕਿ ਆਪ ਆਪਣੇ ਇਲਾਕੇ ਕੀ ਵੀਡੀਓ ਬਣਾਤੇ ਹਮ ਦੇਖਤੇ ਰਹਤੇ ਹੈਂ। ਇਲਾਕਾ ਮਾਸ਼ਾਅੱਲਾ ਬੜਾ ਖੂਬਸੂਰਤ ਹੈ ਲੇਕਿਨ ਆਪਕੀ ਜ਼ੁਬਾਨ ਸਮਝ ਨਹੀਂ ਆਤੀ, ਤੋ ਇਸ ਲਈ ਆਜ ਕਾ ਜੋ ਵਲੋਗ ਹੈ ਵੋ ਉਨ ਦੋਸਤੋਂ ਕੇ ਨਾਮ ਜਿਨਕੋ ਉਰਦੂ ਆਤੀ ਹੈ ਲੇਕਿਨ ਹਮਾਰੀ ਜ਼ੁਬਾਨ ਜੋ ਹੈ ਨਾ ਵੋ ਸਮਝ ਨਹੀਂ ਆਤੀ। ਅੱਜ ਮਸਜਿਦ ਮੇਂ ਦੂਸਰਾ ਮਿਲਾਦ ਥਾ, ਪ੍ਰੋਗਰਾਮ ਹੈ, ਤੋ ਸਭਸੇ ਪਹਿਲੇ ਤੋ ਉਧਰ ਚਲਤੇ ਹੈ, ਤੋ ਬਾਅਦ ਕੀ ਬਾਅਦ ਮੇਂ ਦੇਖੇਂਗੇ ਕਿਆ ਹੋਤਾ ਹੈ, ਕਿਉਂਕਿ ਸੰਡੇ ਹੈ, ਅੱਜ ਛੁੱਟੀ ਹੈ। ਅੱਛਾ ਪਤਾ ਨਹੀਂ ਕਿਆ ਕਰੋ ਤਾਂ ਮਾੜੀਆਂ ਹੈਗੀਆਂ ਜੁੱਤੀਆਂ ਚੋਰੀ, ਅਤੇ ਤੁਸਾਂ ਜਾਇ ਕਰ ਅੰਮੀ ਮਾੜੀ ਉੱਥੇ ਉਸਨੂੰ ਨਾ ਕਿ ਇਹ ਜੁੱਤੀਆਂ ਦਿਓ, ਫਿਰ ਰਚਣੇ, ਫਿਰ ਵੀਡੀਓ ਬਣਾਉਣੇ, ਠੀਕ ਹੈ, ਦੋਨੇ ਜਾਓ ਜੀ। ਤੋ ਜਨਾਬ ਕੱਲ੍ਹ ਕੁਝ ਇਸ ਤਰ੍ਹਾਂ ਨਹੀਂ ਹੈ ਕਿ ਮਸਜਿਦ 'ਚ ਹੋਈਆਂ ਸੀਆਂ ਜੁੱਤੀਆਂ ਗਾਇਬ, ਅਤੇ ਇਸ ਨਮੂਨੇ ਕੀ ਮੈਂ ਆਖਿਆ ਆ ਕਹਿਣਾ ਆ ਮਹਿਮੂਨ ਅਸਤਾਬ ਕੀ ਕਿ ਕਿੰਨੀ ਆ, ਲੇਕਿਨ ਇਸ ਨਹੀਂ ਗੱਲ ਮੰਨੀ, ਫਿਰ ਮੈਂ ਦੁਬਾਰਾ ਮਸਜਿਦ ਦੀਆਂ ਜੁੱਤੀਆਂ ਗਿਣੀ ਤਾਂ ਘਰ ਜਾਣਾ ਪਿਆ, ਕਰੂੰ ਮੈਂ ਆਪਣੀਆਂ ਜੁੱਤੀਆਂ ਆਉਂਦੀਆਂ ਤਾਂ ਫਿਰ ਦੁਬਾਰਾ ਮਸਜਿਦ ਦੀਆਂ ਜੁੱਤੀਆਂ ਮਸਜਿਦ 'ਚ ਹੀ ਰੱਖਸਾਂ, ਅਤੇ ਫਿਰ ਵਾਪਸ ਅਗਲਾ ਜਿਹੜਾ ਸਿਸਟਮ ਹੈ ਸ਼ੁਰੂ ਕਰਸਾਂ ਆ। ਇਸ ਤਰੀਕੇ ਨੇ ਦੋ ਤਿੰਨ ਬੰਦੀਆਂ ਨੇ ਗਾਇਬ ਹੋਈਆਂ, ਹੋਣਾ ਇਹ ਹੈ ਕਿ ਇੱਕ ਬੰਦਾ ਜਿਹੜਾ ਆਉਣਾ ਨਾ ਉਹ ਕੋਈ ਗਲਤੀ ਨਾਲ ਕਿ ਨਹੀਂ ਜਾਣਾ ਸ਼ਾਇਦ, ਅਤੇ ਨੈਕਸਟ ਜਿਹੜੀਆਂ ਅਗਲੀਆਂ ਬੰਦੀਆਂ ਨੇ ਗਾਇਬ ਹੋਣੀਆਂ ਉਹ ਇਸ ਚੱਕਰ 'ਚ ਹੋਣੀਆਂ ਕਿ ਉਹ ਆਉਣਾ ਕਿ ਉਹ ਮਾੜੀਆਂ ਲਾਈ ਆ, ਅਤੇ ਮੈਂ ਉਸਨੀਆਂ ਲਾਈ ਜਾਣਾ, ਕਿਸੇ ਨੇ ਹੋਰ ਨਹੀਂ ਲਾਈ ਜਾਣਾ, ਉਹ ਮਾੜੀਆਂ ਲਾਈ ਜਾਸੀ, ਅਤੇ ਇਸ ਚੱਕਾ ਕਸ਼ ਵਿੱਚ ਤਾਂ ਪੰਜ ਛੇ ਬੰਦੇ ਜਿਹੜੇ ਨੇ ਉਹ ਰਗੜੇ ਜਾਣੇ, ਫਿਰ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਨੇ ਗਾਇਬ ਹੋ ਜਾਣੀਆਂ। ਕਿਆ ਬਣਾ ਸਾਂ ਜਿਹੜਾ ਤੁਸੀਂ ਪ੍ਰੋਪਰ ਆਪਣੀ ਜਿਹੜੀ ਮਸਜਿਦ ਹੈ ਬਲੱਥੀ ਨਹੀਂ ਉਹ ਸੰਗੀ ਚੈੱਕ ਕਰਾਉਣੇ ਆ, ਨਾਲ ਸਾਡੇ ਮੌਜੂਦ ਦੇ ਜਨਾਬ ਇੱਥੇ ਨੇ ਇਮਾਮ ਸਾਹਿਬ ਹਾਫਜ਼ ਮੁਹੰਮਦ ਜ਼ਹੀਰ ਸਾਹਿਬ ਜਨਾਬ ਕੋਟਲੀ ਸੋ ਇਹਨਾਂ ਨਾਲ ਤਾਲੁਕ ਹੈ, ਔਰ ਇਸ ਮਸਜਿਦ ਨੇ ਇਮਾਮ ਜਨਾਬ ਸੰਗੀ ਦੀ ਮੁਬਾਰਕਬਾਦ ਪਹਿਲੇ, ਮਾਸ਼ਾਅੱਲਾ ਬੜੀ ਖੂਬਸੂਰਤ ਮਹਿਫਿਲ ਹੋਈ ਹੈ, ਜੋ ਸਾਰੀ ਮਹਿਫਲੇ ਹਜ਼ੂਰ ਕੇ ਨਾਮ ਸੇ ਤੋ ਇਹ ਤੋ ਅੱਛੀ ਹੀ ਹੋਤੀ ਹੈ ਨਾ, ਹਜ਼ੂਰ ਕੀ ਜ਼ਿਕਰ ਖੈਰ ਹੋ ਰਹਾ ਹੈ ਯਹਾਂ, ਮਾਸ਼ਾਅੱਲਾ ਮਾਸ਼ਾਅੱਲਾ ਕਮਯਾਬ ਮਹਿਫਲ ਹੋਈ ਹੈ ਹਮਾਰੀ, ਬਹੁਤ ਅੱਛੀ। ਠੀਕ ਹੈ ਜੀ, ਸਭ ਤੋਂ ਪਹਿਲੇ ਤਾਂ ਜਨਾਬ ਹਾਫਜ਼ ਸਾਹਿਬ ਹੋਰਾਂ ਮਸਜਿਦ ਕੀ ਜਨਾਬ ਇਹਨਾਂ ਖੂਬਸੂਰਤ ਤਰੀਕੇ ਨਾਲ ਡੈਕੋਰੇਟ ਕੀਤਾ ਹੈ, ਨਿੱਕੇ ਜਿਹੜੇ ਛੋਟੇ ਨਾਲ ਹਾਫਜ਼ ਸਾਹਿਬ ਹੋਰਾਂ ਨੇ ਇਹਨਾਂ ਜਨਾਬ ਮਾਵਨਤ ਕੀਤੀ, ਔਰ ਬਾਕੀ ਇਹ ਮਾਸ਼ਾਅੱਲਾ ਖੂਬਸੂਰਤ ਤਰੀਕੇ ਨਾਲ ਇਹਨਾਂ ਮਸਜਿਦ ਜਿਹੜੀ ਹੈ ਸਜਾਈ ਹੈ ਬਲੱਥੀ ਮਸਜਿਦ, ਇਹ ਪਿੱਛੇ ਲਾਈਟਾਂ ਵਗੈਰਾ ਇਹਨਾਂ ਇੰਤਜ਼ਾਮ ਕੀਤਾ ਹੈ, ਔਰ ਮਾਸ਼ਾਅੱਲਾ ਇਹ ਪੂਰਾ ਚੱਕਰ ਹੀ। ਹਾਂਜੀ ਮਹਿਮੂਨ ਅਸਤਾਬ ਸਾਹਿਬ ਸੁਣਾਓ, ਅੱਜ ਮਹਿਫਲ ਸੀ ਕੁਛ ਸੁਣਾਇਆ, ਕੋਈ ਨਾਚ ਛੱਤ ਪੜ੍ਹੀ ਨੇ ਕੀ ਆਣੀ ਪੜ੍ਹੀ ਨੇ ਕੁਸ ਕੋਣੀ ਸੱਦ ਕੀ ਹੈ ਯਾਰ, ਉਹ ਸੱਦਣ ਉਹ ਟਾਈਮ ਨਾ ਆਇਆ ਸੀ ਨਾ, ਦੂਏ ਪੜ੍ਹੀ ਹੈ ਸੁਬਾਨ ਪੜ੍ਹੀ, ਤੂੰ ਕਿਹੜੀ ਨਾਤ ਪੜ੍ਹੇ ਹਲ ਪੜ੍ਹਣ ਪੜ੍ਹੇ ਥੋੜ੍ਹੀ ਜਿਹੀ ਪੜ੍ਹਨਾ, ਨਹੀਂ ਨਹੀਂ ਸਹੀ ਕਰੀ ਪੜ੍ਹ ਸਹੀ ਕਰੀ ਸਹੀ ਕਰੀ ਪੜ੍ਹਨਾ, ਤੂੰ ਕਹਿੰਦੇ ਤੁਹਾਡੀ ਨਾ ਸਾਰੇ ਸੁਣ ਸਣ ਬੜੇ ਪਸੰਦ ਕਰਨੇ ਤੂੰ ਕੀ ਸਹੀ ਕਰੀ ਪੜ੍ਹਨਾ, ਹਾਲੇ ਚੱਲ ਫਰੰਟ ਕੈਮਰਾ ਆਨ ਕਰ, ਚਲੋ ਪੜ੍ਹੋ ਨਾਥ ਕੋ ਬੁਲਾਤੀ ਮੇਰੇ ਜਿਹੜੇ ਕਾ ਕੀ ਬਿਲੀ ਸੁਭਾਨ ਅੱਲਾ ਤੂੰ ਕਿ ਮੁਲ ਮਮਦੀਨ ਸੱਦਿਆ ਕੋਣ ਇਹਨਾਂ, ਚਲੋ ਮੈਨੂੰ ਸ਼ਿਕਾਇਤ ਕਰ ਸਕਾਂ ਉਹਨਾਂ ਕਿ ਆਖਸਾਂਗੇ ਅਗਲੀ ਵਾਰ ਤੂੰ ਬੁਲਾਸਣ ਇਤਨਾ ਅੱਛਾ ਨਾਥ ਖਵਾਂ ਤੇ ਮੁਲ ਮਮਦੀਨ ਰੋ ਕੋਣ ਸੱਦਿਆ ਕੀਤੀ ਵੀ ਨਾ। ਹਾਂਜੀ ਸੁਭਾਨ ਅਫਤਾਬ ਇਹ ਕਿਆ ਚੀਜ਼ ਹੈ, ਚਾਵਲ ਮੈਂ ਉਥੋਂ ਅੰਨੇ ਗਿਆ ਸਾਂ ਆਸਮ ਦੇ ਪ੍ਰੋਗਰਾਮ, ਕਿਸਨੇ ਕੋਲੋਂ ਆਸਮ ਦੇ ਪ੍ਰੋਗਰਾਮ, ਆਸਫ ਕਿਹੜਾ ਆ ਉਹ ਜਿਹੜਾ ਪਾਰਕ ਉੱਥੇ, ਲੋਕਾਂ ਕੇ ਮਸਜਿਦ ਚਾਵਲ ਨਹੀਂ ਮਿਲੇ ਤੋ ਚਾਵਲ ਮਸਜਿਦ ਕਿ ਨਹੀਂ ਹੈ, ਮਸਜਿਦ ਨਹੀਂ, ਹਾਂ ਇਹ ਕਿਹੜੇ ਚਾਵਲ ਹੈ, ਇਹ ਮਿੱਠੇ ਮਿੱਠੇ ਆਪਣੀ ਜ਼ਬਾਨ ਵਿੱਚ ਮਿੱਠੇ ਆ, ਤੇ ਹੋਰ ਜ਼ਬਾਨ ਵਿੱਚ ਕੀ ਆਖਣੇ, ਹੋਰ ਜ਼ਬਾਨ ਵਿੱਚ
चावल ही आखने। एक केड़ी है गड्डी केड़ी है इसने कह ना रखा। तो वो नंबर प्लेट सी ना पीछे उस दिन करे क्या लिखा ऊपर? जैन अफताब। जैन अफताब, जैन अफताब कौन है? रेस लगी जाए रेस तो सोने मोटरसाइकिल दे दे। ना ना माड़ा मोटरसाइकिल कुत्ते दे दे ठीक है ना। निका जा मोटरसाइकिल है ला रेस। अगली बारी चलो। बाय बाय आ ही जाओ। बाय बाय।